ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਕੋਈ ਮਨ ਦੇ ਵਿੱਚ ਠਾਣ ਲਵੇ ਕਿ ਉਸ ਨੂੰ ਇਹ ਚੀਜ਼ ਚਾਹੀਦੀ ਹੈ ਤਾਂ ਉਸ ਦੀ ਕੀਮਤ ਨਹੀਂ ਦੇਖੀ ਜਾਂਦੀ। ਅਜਿਹਾ ਹੀ ਕੁਝ ਹੋਇਆ ਯਮੁਨਾਨਗਰ ਦੇ ਵਿੱਚ, ਜਿੱਥੇ ਮੋਟਰ ਵਹੀਕਲ ਦੀ ਨਵੀਂ ਸੀਰੀਜ਼ ਸ਼ੁਰੂ ਹੋਣ ਤੇ ਟਰਾਂਸਪੋਰਟ ਵਿਭਾਗ ਦੁਆਰਾ ਇਸਦੀ VIP ਨੰਬਰਾਂ ਦੀ ਨਿਲਾਮੀ ਕੀਤੀ ਗਈ। ਪਹਿਲੇ 5 ਨੰਬਰ ਦੀ ਨਿਲਾਮੀ ਦੇ ਵਿੱਚ ਕਾਫੀ ਲੋਕ ਬੋਲੀ ਦੇਣ ਵਾਲੇ ਸੀ, ਜਿਸ ਦੇ ਚੱਲਦੇ 50,000 ਰੁਪਏ ਦੇ ਬੇਸ ਪ੍ਰਾਈਜ਼ ਦਾ ਨੰਬਰ 77 ਸੀ ਤੇ ਆਖਰੀ ਬੋਲੀ 16,50,000 ਰੁਪਏ ਦੇ ਵਿੱਚ ਲੱਗੀ। ਯਮੁਨਾਨਗਰ ਜ਼ਿਲ੍ਹੇ ਦੇ ਵਿੱਚ ਮੋਟਰ ਵਹੀਕਲ ਦੀ ਨਵੀਂ ਸੀਰੀਜ਼ ਸ਼ੁਰੂ ਹੋਣ ਤੇ ਟਰਾਂਸਪੋਰਟ ਵਿਭਾਗ ਦੁਆਰਾ ਇਸਦੇ VIP ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ। ਪਹਿਲੇ 5 ਨੰਬਰਾਂ ਦੀ ਨਿਲਾਮੀ ਦੇ ਵਿੱਚ ਕਾਫੀ ਲੋਕ ਬੋਲੀ ਦੇਣ ਵਾਲੇ ਸੀ, ਜਿਸ ਦੇ ਚੱਲਦੇ 50,000 ਰੁਪਏ ਦੇ ਬੇਸ ਪ੍ਰਾਈਜ਼ ਦਾ ਨੰਬਰ 77 ਦੀ ਅੰਤਿਮ ਬੋਲੀ 16,50,000 ਰੁਪਏ ਦੇ ਵਿੱਚ ਲੱਗੀ, ਜਦਕਿ 50,000 ਦੇ ਰਿਜ਼ਰਵ ਪ੍ਰਾਈਜ਼ ਦੇ ਨੰਬਰ 1,000 ਦੀ ਬੋਲੀ 4,00,000 ਦੇ ਵਿੱਚ ਹੋਈ, 9,000 ਨੰਬਰ ਦੀ ਬੋਲੀ 95,000 ਚ, ਇਸੇ ਤਰ੍ਹਾਂ 5,000 ਨੰਬਰ ਵਾਲੇ ਨੂੰ 74,000 ਅਤੇ 22-22 ਨੰਬਰ ਵਾਲੇ ਨੂੰ 80,000 ਦਾ ਭੁਗਤਾਨ ਕਰਨਾ ਪਿਆ। SDM ਨੇ ਦੱਸਿਆ ਹੈ ਕਿ ਸ਼ੁਰੂ ਦੇ 5 ਨੰਬਰ ਅਜਿਹੇ ਸੀ ਜਿਸ ਤੇ ਬੋਲੀ ਲਗਾਉਣ ਵਾਲੇ 1 ਤੋਂ ਵੀ ਜ਼ਿਆਦਾ ਖਰੀਦਦਾਰ ਸੀ, ਜਿਸ ਦੇ ਚੱਲਦੇ ਨਿਲਾਮੀ ਹੋਈ ਅਤੇ ਸਭ ਤੋਂ ਵੱਧ 16,05,000 ਚ ਪਹਿਲੇ ਨੰਬਰ 77 ਵਾਲੇ ਦੀ ਬੋਲੀ ਲੱਗੀ। ਉਹਨਾਂ ਨੇ ਦੱਸਿਆ ਕਿ 88-88 ਨੰਬਰ 50,000 ਰੁਪਏ ਚ, ਇਸੇ ਤਰ੍ਹਾਂ 3,000 ਨੰਬਰ 50,000 ਰੁਪਏ ਦੇ ਵਿੱਚ, 55-55 ਨੰਬਰ 50,000 ਚ ਅਤੇ 99-99 ਨੰਬਰ ਵੀ 50,000 ਰੁਪਏ ਦੇ ਵਿੱਚ ਵਿਕਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਪੁਰਾਣੀ ਸੀਰੀਜ਼ ਸਮਾਪਤ ਹੋਣ ਦੇ ਬਾਅਦ ਨਵੀਂ ਸੀਰੀਜ਼ ਦੀ ਸ਼ੁਰੂਆਤ ਕੀਤੀ ਗਈ ਹੈ। ਉੱਥੇ ਇੱਕ ਦਿਲਚਸਪ ਗੱਲ ਇਹ ਵੀ ਸਾਹਮਣੇ ਆਈ ਕਿ ਜਿਨ੍ਹਾਂ ਲੋਕਾਂ ਨੇ ਬੋਲੀ ਦੇ ਵਿੱਚ ਇਹ ਨੰਬਰ ਖਰੀਦੇ ਨੇ, ਉਹਨਾਂ ਦੇ ਵਿੱਚ ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਹੁਣ ਤੱਕ ਗੱਡੀ ਹੀ ਨਹੀਂ ਲਈ। ਟਰਾਂਸਪੋਰਟ ਵਿਭਾਗ ਦਾ ਨਿਯਮ ਹੈ ਕਿ 90 ਦਿਨ ਦੇ ਅੰਦਰ ਗੱਡੀ ਲੈ ਕੇ ਉਸ ਤੇ ਨੰਬਰ ਲਗਾਉਣਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਨੰਬਰ ਜ਼ਬਤ ਵੀ ਕਰ ਲਿਆ ਜਾਂਦਾ ਹੈ। ਦੇਖੋ ਜੀ, ਸ਼ੌਂਕ ਕੀ ਕੋਈ ਕੀਮਤ ਨਹੀਂ ਹੈ। ਮੇਰਾ 717 ਜੋ ਹੈ ਮੇਰਾ ਫੇਵਰੇਟ ਨੰਬਰ ਹੈ, ਔਰ ਮੈਨੇ ਯੇ ਬਹੁਤ ਮੁਸ਼ਕਿਲ ਸੇ ਇਹ ਨੰਬਰ ਲਿਆ, ਬਹੁਤ ਸ਼ੌਂਕ ਹੈ ਮੇਰਾ ਇਸ ਨੰਬਰ ਕਾ। ਅੱਜ ਕੱਲ੍ਹ ਆਪਕੋ ਪਤਾ ਹੈ ਹਰਿਆਣਾ ਪੰਜਾਬ ਮੇਂ ਨੰਬਰੋਂ ਕਾ ਕਿਸ ਤਰੀਕੇ ਸੇ ਕਰੇਜ਼ ਚੱਲ ਰਹਾ ਹੈ, ਤੋ ਆਪਨੇ ਦੇਖਾ ਯੇ ਬਹੁਤ ਮਹਿੰਗੇ ਮਹਿੰਗੇ ਨੰਬਰ ਜਾਤੇ ਹੈ, ਤੋ ਇਸ ਤਰੀਕੇ ਸੇ ਮੈਨੇ ਯੇ ਨੰਬਰ ਲਿਆ, ਮੇਰੇ ਕੋ ਬਹੁਤ ਸ਼ੌਂਕ ਥਾ। ਆਜ ਜੈਸੇ SDM ਆਫਿਸ ਮੇਂ ਇੱਕ ਨੰਬਰ ਥਾ, ਜਿਸਕੇ ਰਿਜ਼ਰਵਡ ਪ੍ਰਾਈਸ ਕੇਵਲ 50,000 ਔਰ ਉਹ 16,05,000 ਮੇਂ ਕਿਆ। 16,00,000 ਕਾ, ਮੈਂ ਅਗਰ 17,00,000 ਕਾ ਵੀ ਹੋਤਾ ਤਬ ਵੀ ਉਹ ਲੈ ਲੇਤੇ, ਕਿਉਂਕਿ ਸ਼ੌਂਕ ਕੀ ਕੋਈ ਕੀਮਤ ਨਹੀਂ ਹੈ। ਗੁੜਗਾਵਾਂ ਕੇ ਅੰਦਰ 21-21 ਲੱਖ ਕੇ ਨੰਬਰ ਐਕਟਿਵਾ ਪੇ ਲੋਗੋਂ ਨੇ ਲਗਾ ਰੱਖੇ ਹੈ ਜੀ। मोटर व्हीकल की जब भी नई सीरीज़ नंबर की शुरू होती है तो उसमें प्रोसेस ये है कि उसका ई ऑक्शन किया जाता है हमारे वाहन पोर्टल पर ही, परंतु ई ऑक्शन की हम वेट कर रहे थे, नहीं हुआ तो हमने ट्रांसपोर्ट डिपार्टमेंट से कॉरस्पॉन्ड किया, और क्योंकि नई सीरीज़ शुरू हो गई थी, रोज़ लोग आ रहे थे, तो इसीलिए हमें उसकी जो है यहाँ नीलामी करनी पड़ी। और नीलामी की सूचना अखबारों में दी गई थी, अखबारों में देखी, और सोमवार को 12 बजे तक का समय दिया गया था कि यहाँ आप फाइल अपनी जमा करवाइए जिसको भी नंबर लेने हैं। और इसके तहत जब मंगलवार को इसकी नीलामी करी गई तो कुल हमारे पास 5 नंबर ऐसे थे जिसमें मल्टीपल फाइल्स आईं, एक से ज़्यादा फाइल्स आईं, और उसके अलावा 15 नंबर ऐसे थे जिनमें सिंगल बिडर आया था, तो उसके अलावा जिनमें एक से ज़्यादा बिडर था उन लोगों की नीलामी प्रक्रिया करवाई गई, और जो वो 5 नंबर थे उनमें सरकार को 22,54,000 रुपए की प्राप्ति हुई, जबकि बेस प्राइस पर यही प्राप्ति सरकार को 2,50,000 रुपए की होनी थी, तो 20,04,000 का सरकार को उसमें फ़ायदा हुआ, और सक्सेसफुल बिडर था उसको इसके बाद डायरेक्शन दे दी गई है कि वो इसकी बैंक फीस कटवाए और हमारे पोर्टल पे जमा करें, उनको नंबर अलॉट कर दिया जाएगा। सर, क्या नंबर है, कौन सी गाड़ी में लिया है? नंबर जो पॉलिसी है उसमें ऐसा है कि नंबर लेते समय गाड़ी होना ज़रूरी नहीं है, आप गाड़ी 90 दिन तक आपको वो नंबर अपनी गाड़ी पे लगाना होता है, ये ट्रांसपोर्ट डिपार्टमेंट की पॉलिसी है, और गाड़ियों का कोई ब्यौरा हम रखते भी नहीं है कि कौन सी गाड़ी है। बेसिकली इसमें 7777 नंबर 16,05,000 का गया है, उसके अलावा बाकी जो नंबर हैं जैसे 1,000 नंबर है जिसका बेस प्राइस 50,000 था वो 4,00,000 का है, 9,000 जो नंबर है 9,000 95,000 का, 5,000 नंबर 74,000 का, और 22-22 नंबर 80,000 का, और इसके अलावा बाकी जो है 88-88 3,000 55-55 01-01 9,999 ये सब 50,000 में गए।
20 नंबर हैं जी, 20 नंबर में से 5 नंबरों के लिए बोली दी गई, बाकी सिंगल बिडर थे 15 नंबरों में। तो सर इसमें जो सिंगल आप कह रहे 16,05,000 वो कौन सा नंबर है? 7777। तो अब सर सीरीज कौन सी शुरू हुई है? HR02BA।